ਅਸੀਂ ਚਾਹ ਪੀਂਦੇ ਇੱਥੇ ਅਤੇ ਕਹਿੰਦਾ ਸਕੂਨ ਆ ਬੜੀ ਠੰਡੀ, ਵਾਹਿਗੁਰੂ ਅੱਲਾਹ ਕੰਮ ਨਿਬੇੜ ਦਿੰਦਾ ਹੁੰਦਾ ਹਰ ਤਰ੍ਹਾਂ ਦੇ, ਕੋਈ ਮਸਲਾ ਯਾਰ ਸੁਭਾਸ਼ ਸਾਹਿਬ ਗੱਲ ਦੱਸਿਆ ਕੀ ਹੈ, ਇੱਕ ਛੋਟਾ ਜਿਹਾ ਕੰਮ ਹੈ, ਮਿਹਰਬਾਨੀ ਕਰਦੇ ਹੋ ਤਾਂ ਰੁਪਈਆ 10,000 ਚਾਹੀਦਾ ਹੈ, ਸੁਬੋ ਬਿੱਲ ਦੀ ਆਖਰੀ ਤਰੀਕ ਹੈ, 2 ਕਿਸ਼ਤਾਂ ਉਹਦੀਆਂ ਮੈਂ ਕਰਾਈਆਂ ਨੇ, ਅੱਛਾ ਉਹ 13,000-14,000 ਰੁਪਇਆ ਬਣਦਾ ਹੈ ਕਿਸ਼ਤ, ਉਹ ਚੁੱਕ 2-3,000 ਰੁਪਇਆ ਮੇਰੀ ਜੇਬ 'ਚ ਸਵੇਰੇ ਕਰ ਲਾਂਗੇ। ਕੋਈ ਨਹੀਂ ਕੋਈ ਨਹੀਂ ਯਾਰ, ਅਸੀਂ ਸ਼ਾਨ ਸਾਹਿਬ ਤੁਸੀਂ ਘਬਰਾਓ ਨਾ, ਮੈਂ ਕਰ ਦਾਂਗਾ ਕੰਮ। ਹਾਂਜੀ ਭਾਜੀ ਅੱਲਾਹ ਭਲਾ ਕਰੇ ਯਾਰ, ਤਿਆਰ ਹੋ ਯਾਰ, ਅੱਗੇ ਬਹੁਤ ਅਸੀਂ ਆਪ ਪਰੇਸ਼ਾਨੀ ਦੇ ਕੀ ਦੱਸੀਏ, ਤੁਹਾਨੂੰ ਕਿੰਨੇ ਪਰੇਸ਼ਾਨ ਹੋ, ਤੇਰੀ ਮਿਹਰਬਾਨੀ ਨਾ ਦੱਸੋ, ਅੱਲਾਹ ਦੇ ਨਾਂ ਦੱਸੋ ਭਾਜੀ ਯਾਰ, ਗੱਲ ਕਰ ਰਿਹਾ ਬਹੁਤ ਪਰੇਸ਼ਾਨ ਆ ਬੰਦਾ। ਨਿਸ਼ਾਨ ਸਾਹਿਬ ਤੁਸੀਂ ਪਰੇਸ਼ਾਨ ਨਾ ਹੋਵੋ, ਮੈਂ ਇਨਸ਼ਾਅੱਲਾ ਬੈਂਕ ਸੁਬਹਾ ਖੋਲ੍ਹ ਦੇਣੇ 9 ਵਜੇ, ਤੁਸੀਂ 11 ਵਜੇ ਫਿਰ ਕੇ ਪੈਸੇ ਲੈ ਲੈਣਾ ਆ ਕੇ। ਮੈਂ ਕਾਫੀ ਦੋਸਤਾਂ ਨੂੰ ਕਿਹਾ, ਹਾਂਜੀ ਯਾਰ ਇਹਦੇ ਖੁਦਾ ਦਾ ਵਾਸਤੇ ਅਸੀਂ ਪਰੇਸ਼ਾਨ ਹਾਂ, ਅੱਗੇ ਬੱਚਿਆਂ ਦੀ ਫੀਸ ਅਤੇ ਬਿਜਲੀ ਦਾ ਬਿੱਲ, ਸਵੇਰੇ ਲਾਸਟ ਡੇਟ, ਅਸੀਂ ਆਹ ਪਰੇਸ਼ਾਨ ਹਾਂ, ਤੂੰ ਸਾਨੂੰ ਪਰੇਸ਼ਾਨ ਕਰੀ ਜਾਂਦਾ। ਪਰੇਸ਼ਾਨ ਹਾਂ ਭਾਅ ਜੀ, ਮੈਨੂੰ ਦਿਓ ਕੋਈ। ਅੱਛਾ ਯਾਰ ਗੱਲ, ਮੈਂ ਟਾਈਮ ਜ਼ਾਇਆ ਕਰ, ਤੁਸੀਂ ਫਿਕਰ ਨਾ ਕਰੋ, ਕੋਈ ਨਹੀਂ 11 ਵਜੇ ਤੱਕ ਇਨਸ਼ਾਅੱਲਾ ਮੈਂ। ਹੈਲੋ, ਠੀਕ ਹੈ ਨਾ, ਨਖਰੇ ਦੇਖੋ, ਕਹਿੰਦਾ ਕੀ 10 ਰੁਪਏ ਨੇ ਭਾਈ, 10 ਰੁਪਏ ਨਾਲ ਕੀ ਬਣਨਾ ਭਾਜੀ। ਅੱਛਾ ਫਿਰ ਮੈਂ ਮਕਾਨ ਆਪਣਾ ਵੇਚ ਕੇ ਤੇਰੇ ਨਾਲ ਆ ਲਓ, ਫੜ 10 ਰੁਪਏ, ਫੜ ਚੁੱਕੋ ਲੋ, ਤੁਸੀਂ ਆਪ ਹੀ ਖੋਲੋ। ਕਿਉਂ ਮੈਂ ਖੋਲਾ ਭਾਈ, ਸਵੇਰੇ 8 ਵਜੇ ਘਰੋਂ ਆਈਦਾ ਵਾ। ਅੱਛਾ ਠੀਕ ਆ, 200 ਦਾ ਪੈਟਰੋਲ ਪਾਈਦਾ ਵਾ, 300 ਦੀਆਂ ਸਿਫਟਾਂ ਕੀਤੀਆਂ ਜਾਂਦੀਆਂ ਭਾਈ। ਅੱਛਾ 500 ਰੁਪਈਆ ਮੇਰਾ ਆਪਣਾ ਖਰਚਾ, ਤੁਹਾਨੂੰ ਦੱਸ ਦਿੰਦੇ ਗਰਮ ਨਹੀਂ ਹੁੰਦੀ, 100 ਦੇ ਦੇਵੋ ਅੱਲਾਹ ਦੇ ਨਾਲ। ਪੈਟਰੋਲ ਮਤਲਬ ਕਿ ਪੈਟਰੋਲ ਪੰਪ 'ਤੇ ਕੰਮ ਕਰਦਾ ਤੂੰ? ਫਾਲੋ ਭਾਈ, ਪੈਟਰੋਲ ਕਾਹਤੇ ਪਾਉਣਾ, ਸਾਨੂੰ ਇਹ ਤਾਂ ਕਲੀਅਰ ਕਰ ਭਾਈ, ਜੋ ਸਰਿਆ ਬਣਿਆ ਤੈਨੂੰ ਦੇ ਦਿੱਤਾ ਹੈ, ਤੇਰੀ ਮਿਹਰਬਾਨੀ ਲੈਣਾ। ਸਾਡੀ ਮਿਹਰਬਾਨੀ, ਉਹਨੂੰ 100 ਦਿਓ, ਤੁਹਾਨੂੰ ਗਰਮ ਨਹੀਂ, ਦੌਰ ਕੀ ਆ, ਆਟਾ 100 ਰੁਪਏ ਕਿਲੋ ਹੈਗਾ, ਘਿਓ 600 ਰੁਪਈਏ ਕਿਲੋ ਆ। ਅੱਛਾ ਅਤੇ ਤੁਸੀਂ ਮੈਨੂੰ ਦੱਸ ਦੇਣ ਡੇ ਹੋ, ਤੁਹਾਡਾ 500 ਦੱਸ ਦੇਣਾ ਮੈਨੂੰ ਯਾਰ, ਜੋ ਸਰਿਆ ਬਣਿਆ ਭਾਈ, ਉੱਥੇ ਕਿਉਂ ਲਈਏ 10 ਰੁਪਈਏ ਯਾਰ, ਫਕੀਰ ਬਣਨਾ ਕੋਈ ਸੌਖੀ ਗੱਲ ਆ? ਸਵੇਰੇ 6 ਦੇ ਕਿਲੋ ਤੁਹਾਨੂੰ ਲੱਗ ਲੋ ਜਾਵੇ, ਸਵੇਰੇ 5-7 ਵਜੇ ਉੱਠ ਕੇ ਆਈਦਾ ਵਾ, ਬਾਹਰ ਮੇਰੀ ਹੈ ਨਹੀਂ, ਨਹੀਂ ਤਾਂ ਮੈਂ ਅੱਲਾ ਹੀ ਰਹਿਮਦਾਂ ਦਾ ਕੰਮ ਨਾ, ਤੁਹਾਨੂੰ ਕੀ ਦੱਸਾਂ ਯਾਰ, ਮਜਬੂਰ ਆਦਮੀ ਹੈ। ਕੀ ਮਜਬੂਰੀ ਹੋਈ ਤੇਰੀ? 20,000 ਬਿਜਲੀ ਦਾ ਬਿੱਲ ਦਿੱਤਾ ਪਰਸੋਂ ਮੈਂ। 26,000 ਮੇਰਾ ਬਿੱਲ ਆਇਆ, ਤੇਰੇ ਕੋਲ 10-12 ਹੈ ਮੈਨੂੰ ਦੇ ਦੇ। 20,000 ਮੇਰਾ ਆਪਣਾ ਬਿੱਲ ਆਇਆ ਵਾ, ਗੱਡੀ ਪੈਟਰੋਲ ਪਾਉਣਾ ਹੁਣ ਮੈਂ। 20,000 ਤੇਰਾ ਕਰਨਾ ਬਿੱਲ ਆ ਗਿਆ, ਦੱਸੋ ਯਾਰ ਇਹਦੇ ਘਰ ਦੇ 20,000 ਹੈ, ਇੱਕ LCD ਹੈ, AC ਵੀ ਲੱਗਾ ਹੋਏਗਾ, ਸਾਡੇ ਨੂੰ ਫਕੀਰ ਚੰਗੇ ਘਰਾਂ 'ਚ AC ਵੀ ਲਾ ਕੇ ਬੈਠੇ। ਮੰਗ ਵੀ ਵੇਖ ਲਓ, ਤੁਹਾਨੂੰ ਪਤਾ ਲੱਗ ਲਓ ਜਾਏ ਭਾਈਆਂ ਨੂੰ, ਮੰਗਣਾ ਕੁਛ ਸੌਖਾ ਵਾ ਭਾਈ? ਨਹੀਂ 100 ਦੇ ਯਾਰ, ਤੁਹਾਨੂੰ ਸ਼ਰਮ ਹੀ ਨਹੀਂ ਆਉਣ ਡੀ, ਕੈਸੇ ਬੰਦੇ ਹੋ ਤੁਸੀਂ ਯਾਰ, ਪਾਗਲ ਤੁਸੀਂ ਹੋਵੋਗੇ, ਮੈਂ ਲੈ ਗਿਆ ਪੈਸੇ ਦੇਣ, ਚੱਲ ਯਾਰ 10 ਰੁਪਏ ਫੜ ਜਾ, 10 ਰੁਪਏ ਨਹੀਂ ਲੈਣੇ, ਕੀ ਲੈਣਾ ਤੂੰ? ਚਿੰਚੀ ਰੱਖੇ ਯਾਰ, ਹੁਣ 50 ਰੁਪਏ ਮੰਗੀ ਜਾਂਦਾ, ਫੜ 20 ਲੈ ਲਾ ਯਾਰ। ਉਹ ਨਹੀਂ 20 ਕਿੱਦਾਂ ਲੈ ਲਓ, ਫੜਾਏ ਤੁਸੀਂ ਮੈਨੂੰ ਤੁਹਾਡੇ 20 ਲੋ ਯਾਰ, ਕੀ ਹੈ ਮੰਗਣ ਵਾਲਿਆਂ ਦੇ ਹਾਲ ਦੇ, ਫੜੀ ਯਾਰ 20 ਰੁਪਈਏ ਭਾਈ, ਤੁਸੀਂ ਮੈਨੂੰ 100 ਦਿਓ, ਆਹ ਕੋਈ ਦੌਰ ਹੈ ਫਕੀਰ ਨੂੰ 10 ਰੁਪਏ ਦੇਣ ਵਾਲਾ? ਆਹ ਫੜੀ ਯਾਰ 20 ਰੁਪਈਏ ਲੈ ਲਾ, 20 ਐਵੇਂ ਲੈ ਲਾ, ਮੁਲਾਜ਼ਮ ਆ ਤੁਹਾਡਾ ਮੈਂ, ਆ ਸਵੇਰ ਦਾ ਇੱਥੇ ਧੱਕੇ ਖਾਣ ਡਿਆ ਮੈਂ, ਥਾਂ ਥਾਂ 'ਤੇ ਮੰਗਿਆ, 17,000 ਰੁਪਈਆ ਸਾਰਾ ਹੋਇਆ ਵਾ। ਤੂੰ ਤਾਂ ਕਹਿੰਦਾ ਮੇਰੀ ਬਾਂਹ ਹੈ ਨੀ, ਇਹਦੇ 'ਚ ਨਹੀਂ ਹੈਗੀ, ਕਿੰਨੇ ਪੈਸੇ ਨੇ? 17,000 ਰੁਪਈਆ ਭਾਈ, 17 ਇਹਦੇ ਕੋਲ, ਮੈਂ ਕਹਿੰਦਾ ਦੋਨੇ ਭਰਾ ਤੈਨੂੰ ਦਿਖਾਵਾਂ ਯਾਰ, ਦੇਖ ਗੱਲ ਸੁਣ, ਤੂੰ ਭਰਾ ਲੱਗਦਾ ਹੈ
ਬੰਦਾ ਇੱਕ ਦੂਜੇ ਦੇ ਕੰਮ ਆਉਂਦਾ ਹੈ, ਠੀਕ ਹੈ, ਅਤੇ ਜੋ 10,000 ਰੁਪਈਆ ਮੈਨੂੰ ਦੇ, ਮੈਨੂੰ ਬਹੁਤ ਜ਼ਰੂਰੀ ਮੇਰੇ 10,000 ਤੈਨੂੰ ਦਿਓ ਨਾ, ਮੈਨੂੰ ਯਾਰ 100 ਰੁਪਈਆ ਦਿਓ, ਆਹ 20 ਰੁਪਈਆ ਸਵੇਰ ਦੇ ਆਹ ਹੀ ਹੋਏ ਪੈਸੇ, ਸਾਡੇ ਨਾਲ ਬਹੁਤੇ ਪੈਸੇ ਲੈ ਕੇ ਤੂੰ ਫਿਰਦਾ ਪਿਆ, 20 ਰੁਪਈਏ ਲੈਣ ਲੱਗੇ, ਸ਼ਰਮ ਆਉਂਦੀ ਪਈ ਤੈਨੂੰ, ਤੁਹਾਨੂੰ ਆ ਰਹੀ ਸ਼ਰਮ? ਕਾਹਦੀ? ਸਾਨੂੰ ਸਵੇਰੇ ਮੰਗ ਕੇ ਤਾਂ ਹੋਣਾ, ਮੈਨੂੰ 8 ਵਜੇ ਸ਼ਾਰਿਆਂ ਦੇ ਕੋਲ ਆਉਣਾ, ਮਿੱਟੀ ਧੱਕਾ ਮਿਲ ਕੇ ਤਾਂ ਹੋਣਾ, ਆਪਣੇ ਆਪ ਤੁਹਾਨੂੰ ਲੱਗ ਲਓ ਜਾਵੇ, ਮੰਗਣਾ ਕੋਈ ਸੌਖੀ ਗੱਲ ਨਹੀਂ ਹੈਗੀ, ਇਹ ਨੌਕਰੀਆਂ ਛੁੱਟੀਆਂ ਨਹੀਂ ਲੱਭਦੀਆਂ ਮੰਗਣਾ। ਹਾਂਜੀ ਯਾਰ, ਤੂੰ ਮੰਗ ਰਿਹਾ ਛੱਡ, ਤੂੰ ਕੋਈ ਆਸਾਨ ਕਰ ਰਿਹਾ, ਤੈਨੂੰ ਦੇ ਰਹੇ 20 ਰੁਪਈਆ, ਲਾਈਆਂ ਦਾ ਕੀ ਹੋਣਾ ਯਾਰ, ਲੈ 100 ਰੁਪਏ ਕਿਲੋ ਆਟਾ ਯਾਰ, ਤੁਹਾਨੂੰ ਯਾਰ ਨਹੀਂ ਆਉਣ ਦੀ, ਪੜ੍ਹੇ ਲਿਖੇ ਬੇਵਕੂਫ ਬੰਦੇ ਯਾਰ, ਕੋਈ ਯਾਰ 100 ਰੁਪਈਆ ਅਸੀਂ ਕੀਤਾ ਯਾਰ, ਮੈਂ ਨਹੀਂ ਕੀਤਾ ਭਾਈ, 100 ਰੁਪਏ ਕਿਲੋ ਆਟਾ ਵਾ, 600 ਰੁਪਏ ਕਿਲੋ ਘਿਓ ਵਾ, ਅੱਛਾ ਠੀਕ ਹੈ, ਤੇ 210 ਰੁਪਈਏ ਪੈਟਰੋਲ ਹੋਇਆ ਪਿਆ ਵਾ, ਅੱਛਾ, ਤੇ ਤੁਹਾਡੀ ਮਿਹਰਬਾਨੀ, 150 ਰੁਪਏ ਖਰਚਾ, ਕੁਛ ਵੀ ਨਹੀਂ, ਤੇਰਾ ਕੀ ਖਰਚਾ, ਤੂੰ ਤਾਂ ਮੰਗ ਕੇ ਜਾਣੇ ਆ, ਫੜਾ ਦਿੱਤਾ, ਮੈਂ ਨਹੀਂ ਫੜਦੇ ਯਾਰ, 210 ਰੁਪਏ ਮੈਂ, ਤੁਸੀਂ ਸ਼ਾਮ ਸਾਹਿਬ ਕੀ ਮਤਲਬ, 300 ਰੁਪਏ ਦਾ ਪੈਟਰੋਲ ਲੱਗਦਾ, 300 ਦਾ ਪੈਟਰੋਲ ਮੇਰਾ ਲੱਗਦਾ, ਅੱਛਾ ਤੇਰੇ ਪੈਟਰੋਲ ਕਿੱਥੇ ਲੱਗਦਾ ਮੈਂ, ਠੀਕ ਹੈ, ਚਾਹੇ 600 ਦੀ 700 ਦੀ ਰੋਟੀ ਖਾਂਦਾ ਮੈਂ, ਆਹ ਸਵੇਰੇ ਮੈਂ ਨਾ ਉਹਦੀ ਮੋਟਰਸਾਈਕਲ ਦੀ ਮੈਂ ਦੇਣੀ ਹੈ ਜਨਾਬ ਕਿਸ਼ਤ, 2012 ਮਾਡਲ ਲਈ ਆ, ਮਕਾਨ ਤੇਰਾ ਆਪਣਾ? ਹਾਂਜੀ, ਆ ਮਕਾਨ ਆਪਣਾ ਤੇਰਾ? ਹਾਂਜੀ ਜਨਾਬ, ਮੇਰਾ ਆਪਣਾ। ਤੈਨੂੰ ਸ਼ਰਮ ਨਹੀਂ ਆਉਂਦੀ ਆ ਮੰਗ ਰਿਹਾ ਹੋਇਆ? ਤੁਹਾਨੂੰ ਸ਼ਰਮ ਆਉਂਦੀ ਹੈ, 10 ਦਿਨਾਂ 150 ਦੇ ਦੇ, ਤੇਰਾ ਕੀ ਜਾਣਾ, ਸ਼ਰਟ ਦਾ ਸੂਟ ਦਾ ਇੰਜ ਪਾਇਆ ਵੀ ਜਿਵੇਂ ਗਾਂਧੀ ਕੋਈ ਨਹੀਂ, ਆਵੇ ਪੈਂਟ ਚਲੋ ਚੈਨਲ ਦਾ ਸਲਮਾਨ ਖਾਨ ਲੱਗਣ ਡਿਆ, ਮੋਟਰਸਾਈਕਲ ਲੈ ਲਾ ਮੇਰੀ, ਨਹੀਂ ਇਹਦੇ ਨਾਲ ਦੀ ਤੇ ਹੈ ਮੇਰੇ ਕੋਲ, ਤੂੰ ਮੰਗਦਾ ਕਿਉਂ? ਮੇਰਾ ਪੇਸ਼ਾ ਵਾ, ਮੇਰਾ ਕਾਰੋਬਾਰ ਆ, ਤੁਸੀਂ ਮੰਗ ਲਓ, ਕਿਹੜਾ ਕਾਰੋਬਾਰ ਹੈ ਭਾਈ? ਇਹ ਇੰਪੋਰਟੈਂਟ ਕਾਰੋਬਾਰ ਹੈ, ਗੱਡੀਆਂ ਔਰ ਦੇਵੇ ਅੱਲਾ ਤੇਰੇ ਪੁੱਤ ਜਿੰਦਾ ਰਵੇ, ਕੀ ਕਰੇ ਲੋਕਾਂ ਨੂੰ ਖਰਾਬ ਕਰਦਾ ਤੁਸੀਂ ਇਸ ਤਰ੍ਹਾਂ ਕਰ ਯਾਰ, ਸੌਜ ਤੇ ਕਿਹੜੇ ਨਾਲ ਇੱਕ ਹੋਰ ਕੱਢ ਲਾ ਯਾਰ, ਇੰਨੇ ਬੜੇ ਮਾਸ਼ਾਅੱਲਾ ਅੱਲਾ ਨੇ ਤੈਨੂੰ ਦਿੱਤੇ, ਮੇਰੇ 17,000 ਰੁਪਈਆ 7-800 ਮੇਰੀ ਜੇਬ 'ਚ, ਕੀ ਤੈਨੂੰ ਦੇ ਦੇਵਾਂ? ਅੱਲਾ ਤੈਨੂੰ 6 ਬੱਕਰੇ ਦੇਵੇ ਕੁਰਬਾਨੀ ਦੇ ਲਈ, ਅੱਲਾ ਤੇਰਾ ਬੜਾ ਕਰੇ, ਪਰ ਮੈਨੂੰ ਦੇ, ਤੈਨੂੰ ਮੈਂ ਆਉਂਦਾ ਪਿਆ, ਮੈਨੂੰ ਗੱਲ ਫੜ 100 ਤੇ ਜਾਨ ਛੱਡ ਇੱਕ, ਚਲੋ ਜਾ ਯਾਰ, ਕਿੰਨੇ ਮੇਰੇ ਹੋਰ ਤੈਨੂੰ ਆ ਪੈਣੀ ਆ, ਇੱਕ 100 ਰੁਪਈਆ ਇੱਕ ਹੋਰ, ਹੋਰ ਮਾਰਾ ਇੱਕ ਹੋਰ।